ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਬੋਲੇ ਜੀ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਬੋਲੇ ਜੀ Thank you.
شریف
ਦੀ ਇੱਛਾ ਮਨੁੱਖੀ ਵਿਚਾਰਨਾ ਇੱਕ ਘਰ 84 ਲੱਖ ਦੀ ਹੈ ਜੋ ਨਹੀਂ ਬਲਕਿ 33 ਕਰੋੜ ਦੇਵਤਾ ਵੀ ਕਰ ਰਿਹਾ ਹੈ ਉਹਨਾਂ ਨੂੰ ਵੀ ਇਹ ਮਨੁੱਖ ਸਰੀਰ ਦੁਰਲੱਭ ਹੈ ਇਸ ਦਾ ਪਰਮ ਪ੍ਰਯੋਜਨ ਸਹੀ ਪ੍ਰਾਪਤ ਮਨੁੱਖ ਦੇ ਵਰੀਆ ਗੋਬਿੰਦ ਮੇਲ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਕਾਮ ਮੇਰਾ ਸਾਧ ਸੰਤ ਹਰਿ ਕੇਵਲ ਨਾਮ ਪ੍ਰਭੂ ਪ੍ਰਾਪਤੀ ਹੈ ਇਸਦੇ ਅਨੇਕਾਂ ਉਪਾਅ ਹਨ ਅਨੇਕਾਂ ਮਤਮਤੰਤਰ ਹਨ ਅਨੇਕਾਂ ਕਸ਼ਟਦਾਇਕ ਸਾਧਨ ਹਨ ਜਿਨ੍ਹਾਂ ਦੁਆਰਾ ਸਰੀਰ ਨੂੰ ਬੇਅੰਤ ਖੇਦ ਤਕਲੀਫ ਜਾਂ ਕਸ਼ਟ ਹੁੰਦਾ ਪਰ ਗੁਰੂ ਬਾਬਾ ਜੀ ਇਸ ਸਮੇਂ ਦੇ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅੱਜ ਤੋਂ 500 ਸਾਲ ਪਹਿਲੇ ਇਹੀ ਦੱਸਣ ਵਾਸਤੇ ਅਵਤਾਰ ਹੋਇਆ ਜਿਹੇ ਜਿਹੇ ਸਰੀਰਾਂ ਦੀਆਂ ਉਮਰਾਂ ਇਸ ਸਮੇਂ ਦੀਆਂ ਜਿਹੇ ਜਿਹੇ ਤਕੜੇ ਯਾਨੀ ਜਿਤਨੀ ਤਾਕਤ ਵਾਲੇ ਸਰੀਰ ਜਿਤਨੇ ਤਾਕਤ ਰੱਖਣ ਵਾਲੇ ਦਿਲ ਦਿਮਾਗ ਹਨ ਉਹੋ ਜਿਹੇ ਸਾਧਨਾਂ ਦੀ ਲੋੜ ਹੋਇਆ ਕਰਦੀ ਹੈ ਪਹਿਲੇ ਸਮਿਆਂ ਦੇ ਵਿੱਚ ਲੋਕੀ ਤਕੜੇ ਨਰੋਏ ਉਮਰਾਂ ਲੰਮੀਆਂ ਬੜੀਆਂ ਬੜੀਆਂ ਕਠਿਨ ਤਪੱਸਿਆਵਾਂ ਕਰਦੇ ਉਹਨਾਂ ਦੀ ਚਾਲ ਚੱਲ ਲੈਂਦੇ ਔਰ ਪ੍ਰਾਣਾਯਾਮ ਸਾਧਨ ਪ੍ਰਾਣਾਂ ਨੂੰ ਰੋਕਣਾ ਰੇਚਕ ਪੂਰਕ ਕੁੰਡਕ ਦੁਆਰਾ ਪ੍ਰਾਣਾਂ ਨੂੰ ਰੋਕ ਕੇ ਮਨ ਨੂੰ ਰੋਕ ਕੇ ਗੁਰੂ ਪ੍ਰਾਪਤੀ ਦਾ ਉਪਰਾਲਾ ਕਰਨਾ ਪਰ ਇਸ ਸਮੇਂ ਦੇ ਵਿੱਚ ਇਸ ਸਮੇਂ ਦੇ ਲੋਕ ਨੇ ਜਿਸਮਾਨੀ ਹਾਲਤਾਂ ਦਿਲੀ ਦਿਮਾਗੀ ਹਾਲਤਾਂ ਨੂੰ ਦੇਖਿਆ ਜਾਵੇ ਇਹ ਦੋਵੇਂ ਸਾਧਨ ਕਰਨ ਦੇ ਯੋਗ ਨਹੀਂ ਹਨ ਉਮਰਾਂ ਬਹੁਤ ਛੋਟੀਆਂ ਉਹਨਾਂ ਦੀਆਂ ਖੁਰਾਕਾਂ ਨਹੀਂ ਰਹਿ ਗਈਆਂ ਉਹਦੇ ਜੇ ਆਚਾਰ ਵਿਵਹਾਰ ਆਹਾਰ ਨਹੀਂ ਰਹਿ ਗਏ ਇਸ ਕਰਕੇ ਬਹੁਤ ਫਰਕ ਪੈ ਗਿਆ ਗੁਰੂ ਜੀ ਨੇ ਤਦੇ ਹੀ ਗੁਰਸਿੱਖੀ ਭਗਤੀ ਮਾਰਗ ਚਲਾਇਆ ਜਿਸ ਦੇ ਸੌਖੇ ਮੁੱਖ ਅਸੂਲ ਗੁਰਮੁਖ ਨਾਮ ਦਾਨ ਇਸ਼ਨਾਨ ਇਹ ਦੱਸਿਆ ਸੋ ਆਪ ਜੀ ਨੇ ਤਪੱਸਿਆ ਦੀ ਬਜਾਏ ਗੁਰੂ ਸੰਗਤ ਦੀ ਸੇਵਾ ਰੱਖ ਦਿੱਤੀ ਔਰ ਪ੍ਰਾਣਾਯਾਮ ਦੀ ਬਜਾਏ ਸਿਮਰਨ ਦੀ ਥਿਉਰੀ ਸਿਮਰਨ ਦੀਆਂ ਯੁਕਤੀਆਂ ਉਕਤੀਆਂ ਰੱਖੀਆਂ ਬਾਣੀ ਦੇ ਵਿੱਚ ਮਨ ਦੀ ਇਕਾਗਰਤਾ ਕੀਰਤਨ ਵਿੱਚ ਮਨ ਦੀ ਇਕਾਗਰਤਾ ਔਰ ਸਿਮਰਨ ਦੁਆਰਾ ਮਨ ਦੀ ਇਕਾਗਰਤਾ ਸੋ ਇਉਂ ਇਸ ਉਪਾਅ ਨੂੰ ਜਿਹਨਾਂ ਜਿਹਨਾਂ ਕੀਤਾ ਉਹਨਾਂ ਨੇ ਆਪਣਾ ਮਨੁੱਖ ਤਨ ਸਫਲਾ ਕਰ ਲਿਆ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਸਿੱਖਾਂ ਦੀ 9ਵਾਂ ਖੰਡਾਂ ਦੇ ਵਿੱਚ ਚੱਕਰ ਲਗਾ ਕੇ ਕਰਤਾਰਪੁਰਾ ਨਿਵਾਸ ਰੱਖਦੇ ਹਨ ਆਪ ਜੀ ਦੀ ਸੇਵਾ ਦੇ ਵਿੱਚ ਚੱਲਣਾ ਜੀ ਹਾਜ਼ਰ ਹੋਏ ਜਿਹੜੇ ਪਹਿਲੇ ਸ਼ਕਤੀ ਦੇ ਉਪਾਸ਼ਕ ਸਨ ਆਪ ਜੀ ਨੇ ਗੁਰੂ ਕੀ ਸਿੱਖੀ ਧਾਰਨ ਕਰਕੇ ਸੇਵਾ ਔਰ ਭਜਨ ਦੋ ਗੱਲਾਂ ਨਿਭਾਈਆਂ ਜਿਸ ਦਾ ਫਲ ਪ੍ਰਭੂ ਪ੍ਰਾਪਤੀ ਨਹੀਂ ਬਲਕਿ ਗੁਰੂ ਨਾਨਕ ਅੰਤਰੀਯਾਮੀ ਦੇ ਵਿੱਚ ਅਖੇਦ ਹੋ ਕੇ ਜਗਤ ਦੇ ਤਾਰਕ ਬਣੇ ਦੂਸਰੇ ਗੁਰੂ ਨਾਨਕ ਕਹਿਲਾਏ ਬੇਅੰਤ ਦੁਨੀਆਂ ਦਾ ਉਧਾਰ ਕੀਤਾ ਯਾਨੀ ਸੇਵਾ ਔਰ ਭਜਨ ਦੋ ਗੱਲਾਂ ਗੁਰੂ ਬਾਬੇ ਨੇ ਜਨ ਦੀ ਸਫਲਤਾ ਦਾ ਸੌਖਾ ਉਪਾਅ ਸਾਨੂੰ ਦੱਸਿਆ ਨਾਮ ਜਪੀਏ ਤੰਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈਂਦਾ ਜਪੀਏ Thank you.
और पयंदो सुखैन साधन प्रभु प्राप्ति दे दसे। गुरु नानक देव महाराज जी दे घर विच गुरु ते परमेश्वर विच फर्क कोई नहीं मने। गुरु ते परमेश्वर अभेद हन। गुरु गोविंद गोविंद गुरु है, नानक भेद न पाई। गुरु परमेश्वर एको जान, जो तुस भावे सो प्रवान। गुरु ते परमेश्वर विच फर्क कोई नहीं। परमेश्वर वैसे निराकार स्वरूप है। परमेश्वर का स्वरूप रूप न रेख न रंग किस तरह गुण ते प्रभिन्न किसे बुझाए नानक शोवे सो प्रसन्न। अत्यंत सूक्ष्म जिथे मन बाणी नहीं पहुंच सकते ओ वाहिगुरु का स्वरूप है। उत्थे पहुंचने वास्ते बुद्ध नूं इहो जिही बरीक करना पैंदा। गुरु उस दे विच अभेद है, परमेश्वर विच लिवलीन है। इस करके गुरु ते गोविंद विच फर्क कोई नहीं होया करदा। एम कह लो गुरु परमेश्वर का साकार स्वरूप है, परमेश्वर गुरु का निराकार स्वरूप होया करदा। सोइयों एक दफा तपियाने साहब खड़ूर साहब गुरु अंगद देव महाराज की हजूरी विजत के बहुत सारे वक्त दे मुखी मुखी सिख भाई बुढ़ा बाला और बहुत सारे ब्रह्मज्ञानी सिख बैठे हुए हैं। गुरु अंगद देव महाराज जी ने भाई बाले ने एक सवाल किया, भाई बाला तू गुरु नानक जी ना सत्ता दीपा नवा खंडा के चक्कर लगाया, जिथे जिथे गुरु बाबा जी पहुंचे तू नाल सी, सेवा बड़ी कीती, यूं दस तेरी संभावना गुरु नानक विच कहो जी सी, तू गुरु नानक जी नूं की करके समझदा रहा है। यह वचन सुन के भाई बाले ने दोवें हथ जोड़ के अर्ज की, महाराज मैं गुरु नानक जी नूं महापुरख करके जाता। गुरु अंगद जी मुस्करा के कहेंगे गुरु शीशा रूप है, शीशे ते जिहा जो कि मूँह देखता वैसा उन्हें अपना मूँह दिस जाता, रुंदा देखता रुंदा दिंदा, हसता देखता हसता दिस पैंदा। यह धरती रूप है, जमीन भी जिहा जो कि बीज बीजता वैसा उग पैंदा है। इसी तरह गुरु नाल जिहे जी कोई भावना लगाता वैसा फल मिलता। गुरु साक्षात पादम है, जिहे जी भावना किसी की वैसा फल मिलता है। तैं चूंकि गुरु नानक जी ने एक महापुरख करके निष्ठा की, इसी संभावना दर्शन इसी संभावना सेवा करता रहे हैं, तो महापुरख बन गया। कल्प दृष्टि नहीं है। सो जो ये गुरु अंगद जी ने वचन किया, सारे सिखा ने हथ जोड़ के उन्हें अगे प्रार्थना की, सचे पातशाह आप दसो आप गुरु नानक जी ने की करके समझते रहे, आपकी संभावना उन्होंने कहो जी सी। यह वचन सुन के गुरु अंगद जी कह लगे, भाई मैं ना गुरु नानक जी साक्षात गुरु पारदम रूप करके समझा, मेरी भावना इदों कदे घट नहीं हुई। इसी भावना ना दर्शन इसी भावना ना मैं सेवा की है। सारे सिखा ने अर्ज की, गरीबा गुरु शीशा रूपता है। भाई बाले ने गुरु नानक जी ने महापुरख करके जाते महापुरख बन गया। आपने गुरु नानक जी ने गुरु पारदम करके जाने आप गुरु परमेश्वर बन गए। जे जी भावना लाउंदा गुरु नाल वैसा फल मिल जाता है। भाई साहब भाई गुरदास इस दी बाबत इक थां इउं फरमाउंदे हन, निर्वैर निराला जी निर्वैर निराला जी Yeah.
ਗੁਰੂ ਪੁਰਖ ਅਧਮ ਹੈ ਨਿਰਵੈਰ ਨਿਰਾਲਾ ਜਿਉਂ ਕਰ ਨਿਰਮਲ ਆਰਸੀ ਜਗ ਦੇਖਣ ਵਾਲਾ ਜੇ ਸਾਨੂੰ ਕਰ ਭਾਲੀਏ ਤੇ ਹੋਵੇ ਖਾਲਾ ਮਾਨੋ ਧਰਤੀ ਧਰਮ ਦੀ ਸੱਚੀ ਧਰਮਸ਼ਾਲਾ ਜਿਹਾ ਬੀਜੇ ਸੋਲ ਨੇ ਫਲ ਕਰਮ ਸਵਾਲਾ ਸੇਵਕ ਦਰਗੇ ਸੁਰਖਰੂ ਬੇਮੁਖ ਮੋਹ ਕਾਲ ਗੁਰੂ ਨੇ ਜੇ ਅਸੀਂ ਭਾਵਨਾ ਨਾਲ ਕਿਸੇ ਨੇ ਸੇਵਿਆ ਪੈਸਾ ਫਲ ਮਿਲਿਆ ਸੋਈਓ ਇਸੀ ਤਰ੍ਹਾਂ ਗੁਰੂ ਸਾਕਸ਼ਾਤ ਪਾਰਮੰਗ ਰੂਪ ਹੈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨ ਭਾਜੀ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨ ਭਾਜੀ ਜੀ ਸੰਗਤਾਂ ਸੇਵਾ ਕਰਕੇ ਜਨਮ ਸਫਲਾ ਕਰਦੀਆਂ ਹਨ ਭਜਨ ਵਿਆਸ ਹੁੰਦੇ ਹਨ ਦੋ ਵੇਲੇ ਕੀਰਤਨ ਕਥਾ ਦੀਆਂ ਪ੍ਰਪਾਟੀਆਂ ਚੱਲ ਰਹੀਆਂ ਹਨ ਜਿਤਨੀ ਦੇਰ ਤੱਕ ਗੁਰੂ ਸ਼ਰਨ ਪ੍ਰਾਪਤ ਨਾ ਹੋਵੇ ਬਹੁਤ ਲੋਕ ਆਪਣੇ ਆਪ ਮੁਕਤ ਦੇ ਆਪਣੀ ਕਲਿਆਣ ਦੇ ਆਪਣੀ ਮਤ ਦੇ ਅਨੁਸਾਰ ਇੱਧਰਲੇ ਉੱਧਰਲੇ ਉਪਾਅ ਕਰਿਆ ਕਰਦੇ ਹਨ ਦੇਖੇ ਗਏ ਬਾਬਾ ਅਮਰਦਾਸ ਜੀ ਬਚਪਨ ਤੋਂ ਹੀ ਸ੍ਰੇਸ਼ਟਾਚਾਰ ਵਾਲੇ ਜਿਤਨੇ ਅੱਛੇ ਗੁਣ ਚਾਹੀਦੇ ਸਨ ਉਹਨਾਂ ਵਿੱਚ ਕੁਦਰਤੀ ਪਾਏ ਜਾਂਦੇ ਸਨ ਸੋ ਇਸ ਤੋਂ ਇਲਾਵਾ ਆਪ ਸਾਲ ਵਿੱਚ ਦੋ ਦਫ਼ਾ ਗੰਗਾ ਜੀ ਦੀ ਯਾਤਰਾ ਕਰਿਆ ਕਰਦੇ ਸੀ ਯਾਤਰਾ ਸਤਸੰਗ ਤੀਰਥ ਸੱਚਾ ਤੀਰਥ ਸਤਸੰਗ ਦੱਸਿਆ ਤੀਰਥਾਂ ਦੀ ਬਾਬਤ ਜੇ ਵਿਚਾਰ ਕੀਤੀ ਜਾਏ ਗੁਰਬਾਣੀ ਚ ਆਉਂਦਾ ਹੈ ਤੀਰਥ ਕੀ ਏਕ ਫਲ ਸੰਤ ਮਿਲੇ ਫਲ ਚਾਰ ਗੁਰੂ ਮਿਲੇ ਫਲ ਅਨੇਕ ਹੈ ਕਹਿਤ ਕਬੀਰ ਵਿਚਾਰ ਜੇ ਤੀਰਥ ਕੀਤੀਆਂ ਇੱਕ ਗੁਣਾ ਫਲ ਹੈ ਤਾਂ ਸੰਤ ਸ਼ਾਂਤ ਚਿੱਤ ਸ਼ਾਂਤ ਆਤਮਾ
महत्ता मिल जाए चौगुना फल हो जाता है। गुरु शरण प्राप्त होके भजन बंदगी करन लग पे इस मार्ग चल पे फिर फलां दा घाटा नहीं रहिंदा। तां ते तीर्थां दा इक गुना फल भी तद है जे तीर्थ जिवें करने चाहीदे ने उस तरीके सिर कीते जाण। तीर्थ इउं नहीं होने चाहीदे नावण चले तीर्थी मन खोटे तन चोर। इक पौ लत्थी नाट्यां दो पौ चढ़िए सहोर। बाहर धोती तूं बड़ी अंदर विशन कोर। साध भले नात्यां जो उस चोरां चोर। तीर्थां ते जाके जुत्ते चरा लेने जेबां कटनियां होर कई कुछ करने। और तीर्थां ते जे गुणा इशनान कीते तां कुछ पुन भी है तां कई गुणा पाप सिर चाढ़ के आउंदा है बल्कि बंजर पाप बन जाता है। तूं इस करके इउं तीर्थ नुकसान देन तीर्थ श्रद्धा नाल करे जे तीर्थ करना है उत्थे जाके कुछ पुन दान भी करे कुछ सेवा भी करे। सत्संग अक्सर तीर्थां ते हुंदा है क्योंकि बहुत सारे महापुरख इकट्ठे हुंदे ने उत्थे मन चित लगा के सुने कुछ न कुछ निषिद्ध कर्म भी छोड़ के आवे तब जाके तीर्थ किए का एक फल है वरना नहीं। कह रहे हूं बाबा जी बाबा अमरदास जी बचपन तो ही जेडे निषिद्ध कर्म मंदरा मार चोरी जारी ठगी दुराचार निंदिया झूठ सारे परे सन। साल भी दो दफा गंगा जी यात्रा उत्थे जाके सेवा आदि करनी सब कुछ करनी। इस तो अलावा अपने आप ही खोस मंत्र की पक्की माला खोस मंत्र वा जिहड़ा तुरु ने जपिया सी जे गुरु शरण नहीं सी प्राप्त अपने आप ही बहुत सारे सुन सुना के लग जाते हैं। तो यूं आप जी पक्की माला 108 कच्चिया माला की एक पक्की माला कह लाती है यह रोजाना करते होंगे सन। यहो जे उन्होंने सुभाव क्यों उन्होंने उम्र तकरीबन 60 साल की हो गई सी। बचपन लंघ गई जवानी भी लंघ गई बुढ़ापा 10-12 तनवी सरवण तीसा का सुंदर कहावे 40-85 पक्ष से सठी के बढ़ेपा आवे 17 का मतहीन अशिया का व्यवहार न पावे 90 का से जासनी मूला जन अपवल टंडोलम टुनम डिठ में नान जग तू है का तौला। तू ए भी नहीं है देखण नु दींदा हवाई उड़ जाता। इसी तरह शरीर दींदे हन जदों मौत रूपी हवाई पता नहीं किधर नु छाए नहीं हो जाते देखते नहीं किन्ने उड़ के कोई दींदा। उन्होंने अक्ष मात ही रह गए गल ही रह गई। स्वयं संसार की यही जी दिशा है संसार तुम्हें पहाड़ है सत नहीं है। स्वयं आप जी की उम्र तकरीबन 60 साल की होगी। हर साल ही इसी तरह अजकल मंगनी उन्होंने समय के तीर्थ यात्रा करनी बड़ी औखी सी क्योंकि जंगलात बहुत सन जंगलों में बड़े दरिंदे रेंदे सन लोग इकट्ठे होके जाते होंगे नाल पंजीरिया पंजीरिया बना के लै जाते किन्ना चिर लग्या करता सी रिश्तेदार संबंधियों ने मिल के जाते की पता है मुड़ना है कि ना मुड़ना। यूं उन्होंने समय के तीर्थ यात्रा करनी अज समय ना बहुत ज़्यादा औखी सी अज किन्ने आसान साधन बन गए सड़क अच्छी हो गई रेल हो गई मोटर हो गई दूर जन हवाई जहाज हो गए पैसे की लड़ कि इस तरीके से उन्होंने समय के यह जे साधन है नहीं सन। यूं ये कुछ होने के बावजूद आप जी दो दफा गंगा जी की यात्रा इशनान आदि कराया करते सन जाके पूरी विधि अनुसार। सो इसी तरह आखिरी यात्रा के उन्होंने कोई एक कर्मकांडी पंडित जो कि नगुरे के हथों खांदा नहीं सी हुंदा यह जी का मिलाप हो गया कट्ठे रहे बहुत देर तक। आप जी के चंगे गुण चंगे सुभाव सारी गल्लां बातां देख के आप तो पंजीरी लेख भी खांदा रहा। आप जी के चरण में पद्म रेखा देख के भी बड़ा खुश होया थोड़ा जिहा पामिस्ट भी सी रेखा वगैरह का भी जाणू सी। तो आप दे चरण में पद्म रेखा जो बादशाहां दे या अवतारां दे होया करदे रेखते नहीं होंदे और देख के भी खुश होया। इतिहाद एक दिन उसने गलबात वापस आ गए तीर्थ यात्रा करके आप जी के पिंड आ गए रेंदे सेंदे रहे रात का वक्त है बाहर बैठे एक थान गल्लां बातां चलियां होर करोगी गल्लां किवें है आपको किवें इजाज दिंदे ने घर दे कहिंदे सानूं तां कोई कुछ कहिंदा ही कोई नहीं लड़कियां हन लड़के हन असीं खुशी नाल अपना इस पासे लगे रहिंदे सानूं होर कोई संकल्प नहीं है। बड़े भागां वाले ओह कहिण लगे असीं पुछण लगे आप दे गुरदेव कौन जिन्हां दी दीक्षा अनुसार अपना जन्म सफला करदे हो।
ਇਹ ਬਚਨ ਸੁਣ ਕੇ ਆਪ ਜੀ ਕਹਿਣਗੇ ਇਹ ਗੱਲ ਤਾਂ ਨਹੀਂ ਮੈਂ ਜਾਣਦਾ ਗੁਰਦੇਵ ਕੀ ਹੁੰਦਾ ਲੇਕਿਨ ਮੈਂ ਜਨਮ ਤੋਂ ਹੀ ਕੋਈ ਨਿਸ਼ਚਿਤ ਕਰਮ ਨਹੀਂ ਕੀਤਾ ਸ਼ਰਾਬ ਮਾਰ ਚੋਰੀ ਚਾਰੀ ਠੱਗੀ ਦੁਰਾਚਾਰ ਹੋਰ ਜੋ ਕੁਛ ਜਿਹਦਾ ਦੁਰਾ ਨਹੀਂ ਕੀਤਾ ਦੋ ਦਫ਼ਾ ਗੰਗਾ ਜੀ ਦੀ ਯਾਤਰਾ ਕਰਨਾ ਜਾਤੇ ਹੋਸ਼ ਸੰਭਲੀ ਹੈ ਫਿਰ ਖੋਜ ਮੰਤਰ ਦੀ ਪੱਕੀ ਮਾਲਾ ਕਰਦਾ ਇੰਨਾ ਕੁਛ ਕਰਨ ਦੇ ਬਾਵਜੂਦ ਕਿ ਗੁਰੂ ਦੀ ਫਿਰ ਵੀ ਲੋੜ ਰਹਿ ਗਈ ਇੰਨੀ ਗੱਲ ਜਦੋਂ ਬਾਬਾ ਜੀ ਨੇ ਕਈ ਹੈਰਾਨ ਹੋ ਗਿਆ ਓਹੋ ਬਾਬਾ ਜੀ ਮੈਂ ਤਾਂ ਸਮਝਦਾ ਸਾਂ ਕਿ ਤੁਸੀਂ ਗੁਰਮੁਖ ਹੋ ਗਏ ਲੇਕਿਨ ਤੁਸੀਂ ਨਗੁਰੇ ਮੈਂ ਤਾਂ ਮੇਰਾ ਤਾਂ ਪ੍ਰਣ ਸੀ ਨਗੁਰੇ ਇੱਥੇ ਮੈਂ ਖਾਂਦਾ ਨਹੀਂ ਸੀ ਹੁੰਦਾ ਮੈਂ ਤਾਂ ਪੰਜਰੀ ਲੈ ਕੇ ਖਾਂਦਾ ਨਹੀਂ ਤੁਸੀਂ ਤਾਂ ਮੇਰੇ ਜਪ ਤਪ ਸਾਰੇ ਭ੍ਰਿਸ਼ਟ ਕਰ ਦਿੱਤੇ ਸਤਿਗੁਰੂ ਬਾਜੋ ਗੁਰੂ ਨੇ ਕੋਈ ਨਗੁਰੇ ਕਾ ਨਾ ਬੁਰਾ ਨਗੁਰੇ ਪੁਰਸ਼ ਤਾਂ ਨਾ ਹੀ ਬੁਰਾ ਹੈ ਨਗੁਰਾ ਪੁਰਸ਼ ਜਿੱਥੇ ਬਹਿੰਦਾ ਸਵਾ ਗਜ਼ ਧਰਤੀ ਨੂੰ ਸ਼ੁੱਧ ਕਰ ਦਿੰਦਾ ਹੈ ਸੋ ਉਹ ਵੀ ਸਾਖੀ ਸੁਣਾਈ ਕਿ ਜਿਵੇਂ ਨਗੁਰਾ ਸੀ ਸੋ ਜਿੱਥੇ ਬਹਿੰਦਾ ਉੱਥੋਂ ਸਵਾ ਗਜ਼ ਮਿੱਟੀ ਪਟਾ ਕੇ ਬਾਹਰ ਫੈਂਕੀ ਜਾਂਦੀ ਹੈ ਇੱਕ ਦਿਨ ਫਿਰਦਾ ਫਿਰਦਾ ਪੁੱਛਣਗੇ ਕੀ ਕਰਦੇ ਹੋ ਮਜ਼ਦੂਰ ਕਹਿਣ ਲੱਗੇ ਨਾਲ ਰਹਿ ਗਏ ਨਗੁਰਾ ਹੈ ਤਾਂ ਬ੍ਰਹਮਾ ਦਾ ਪੁੱਤਰ ਪਰ ਨਗੁਰਾ ਹੈ ਜੇ ਜਦ ਵੀ ਸਵਾ ਲੱਗਦੀ ਜਿੱਥੇ ਬੈਠਾ ਹੁੰਦਾ ਸੀ ਸਵਾ ਗਜ਼ ਮਿੱਟੀ ਪੱਟ ਕੇ ਬਾਹਰ ਫੈਂਕਦੇ ਨਗੁਰੇ ਪੁਰਸ਼ ਦੀ ਇਹ ਜਿਹੀ ਦਿਸ਼ਾ ਹੈ ਸੋ ਉਹਨੂੰ ਬੜਾ ਦੁੱਖ ਹੋਇਆ ਆਪਣੇ ਪਿਤਾ ਬ੍ਰਹਮਾ ਜੀ ਨੂੰ ਜਾ ਕੇ ਕਹਿਣ ਲੱਗੇ ਇਹ ਕੀ ਗੱਲ ਮੈਂ ਤੁਹਾਡਾ ਪੁੱਤਰ ਹਾਂ ਤੁਸੀਂ ਤੁਹਾਨੂੰ ਤਿੰਨ ਮੁੱਖ ਦੇਵਤਿਆਂ ਵਿੱਚੋਂ ਉਹ ਕਹਿੰਦੇ ਕੁਛ ਵੀ ਭਾਵੇਂ ਇਸੀ ਗੱਲ ਹੈ ਨਗੁਰੇ ਦੀ ਤਾਂ ਗਤੀ ਐਸੀ ਨਗੁਰੇ ਦੀ ਬਾਬਤ ਐਵੇਂ ਕੁਛ ਦੱਸਿਆ ਹੋਇਆ ਬਿਨਾਂ ਗੁਰਾਂ ਤੋਂ ਮੁਕਤ ਨਾ ਜੀ ਹੋਵੇ ਉੱਚੋ ਬ੍ਰਹਮੇ ਨਾਰਦੇ ਬਿਨਾਂ ਗੁਰਾਂ ਤੋਂ ਮੁਕਤ ਨਾ ਹੋ ਬ੍ਰਹਮੇ ਨਾਰਦੇ ਬਿਨਾਂ ਗੁਰਾਂ ਤੋਂ
सतगुरु पूरा जय मिले पाइये रतन विचार मन भी जय गुरु अपने पाइये सर्व प्यार नाम पदार्थ पाइये अवगुण मेटन हार पाई रे गुरु बिन ज्ञान न होए पूछो ब्रह्मे नारदे वेद व्यासे को गुरु बिना ज्ञान नहीं ब्रह्मा नु पूछ लो नारद नु पूछ लो वेद व्यास नु पूछ लो याने गुरु बिना ज्ञान नहीं ज्ञान बिना मुक्त नहीं ऐसा बहुत सारे प्रमाण दे के उस ब्रह्मचारी कर्मकांडी ने बाबा जी नु अच्छी तरह समझाया फिर उन्हें पूछिया जिड़े श्रेष्ठाचार करते हैं लोग गुरे हैं दान करते हैं पुन करते हैं भजन पाठ भी अपने आप कुछ थोड़ बहुत करते हैं चंगे कर्मां दा इन्हां दा फल सुख दसिया फिर जो मुक्त ना हुई ए कर्म किधर जाणगे ओदी बाब दसिया गुरमंत्र जीनिस जो प्राणी त्रिगंत जन प्रिष्टन है शुकर है कुकर है गर्व है सर्प ने काका है तरुखला गुरा पुरुष जेड़ा है गुरमंत्र तो ही ना जेड़ा प्राणी ओदा जन्म तिखार जो उन्हों कामा कुत्तियां खोतियां कदे आदि जोनियां मिलनगियां मान को तन नहीं मिलेगा जेड़े पुन आद करता है निगुरा रह के पुन दा फल सुख जरूर है ए परमेश्वर की मर्यादा ईश्वरी मर्यादा जब तो सृष्टि रची रहे जब तक रहेगी ओदी मर्यादा कम करती रहेगी निगुरा रह के जो पुन कर्म करता है होर जोनिया विच ओदा फल सुख भुगत लूगा एक मानुख दे नहीं मिलेगी मुख तक किरे दरकनार रह गई सो इस वास्ते और बहुत सारे प्रमाण दे के उसने बाबा अमरदास जी इतना ही गल जहन नशीन करवा दी उन्होंने दिमाग विच बैठा दी इन गुरे पुरुष की गति नहीं है हमें कितना भी श्रेष्ठाचार है उस दिन तो आप जी ने जबरदस्त लगन लगी ਉਹ ਤਾਂ ਕੁਝ ਥੋੜਾ ਜਿਹਾ ਘਬਰਾ ਕੇ ਝੁੰਝਲਾ ਕੇ ਵੀ ਮੈਂ ਤੁਹਾਨੂੰ ਗੁਰੇ ਦੇ ਹੱਥੋਂ ਕਦੇ ਕੁਛ ਖਾਧਾ ਨਹੀਂ ਸੀ ਮੇਰਾ ਪਰਣ ਸੀ ਗੁਰੇ ਦੇ ਹੱਥੋਂ ਖਾਂਦਾ ਨਹੀਂ ਸੀ ਸਾਧਸੰਗ ਜਦੋਂ ਪਰਣ ਭੰਗ ਹੁੰਦਾ ਹੈ ਆਦਮੀ ਦਾ ਬੜਾ ਘਬਰਾਹਟ ਹੁੰਦੀ ਹੈ ਬੜਾ ਖੇਦ ਹੋਇਆ ਕਰਦਾ ਹੈ ਇੱਕ ਦਫ਼ਾ ਤਾਂ ਜ਼ਿਕਰ ਇੱਕ ਕੋਈ ਇਹੋ ਜਿਹਾ ਪ੍ਰੇਮੀ ਸੀ ਹੀ ਜਿਸ ਦੀ ਸ਼ਰਧਾ ਗੰਗਾ ਜੀ ਦੇ ਇਸ਼ਨਾਨ 'ਤੇ ਸੀ ਜਿਹਨੇ ਗੰਗਾ ਜੀ ਦਾ ਇਸ਼ਨਾਨ ਨਾ ਕੀਤਾ ਹੋਵੇ ਉਹਦੇ ਘਰੋਂ ਉਹਦੇ ਹੱਥੋਂ ਖਾਂਦਾ ਨਹੀਂ ਸੀ ਹੁੰਦਾ ਉਹ ਕਿਤੇ ਗੰਗਾ ਜੀ ਦੀ ਯਾਤਰਾ ਨੂੰ ਚੱਲਿਆ ਰਸਤੇ ਦੇ ਵਿੱਚ ਕਿਸੇ ਮਹਾਂਪੁਰਖ ਦਾ ਆਸ਼ਰਮ ਆ ਗਿਆ ਉਹ ਉਹਨਾਂ ਦੀ ਨਿਸ਼ਠਾ ਭਗਤੀ ਗਿਆਨ ਵਿੱਚ ਸੀ ਸੋ ਉੱਥੇ ਲੰਗਰ ਵਗੈਰਾ ਵੀ ਚੱਲਦਾ ਸੀ ਸਾਧੂ ਰਹਿੰਦੇ ਸੀ ਭਜਨ ਕਰਨ ਵਾਲੇ ਉੱਥੇ ਉਸਨੂੰ ਰਾਤ ਪੈ ਗਈ ਅੱਗੇ ਘਣਾ ਜੰਗਲ ਸੀ ਇਹ ਜਾਣ ਕੇ ਅੱਗੇ ਜਾਂਦੇ ਹਾਂ ਤਾਂ ਰਸਤੇ 'ਚ ਕੋਈ ਜੰਗਲੀ ਜਾਨਵਰ ਨਾ ਤੰਗ ਕਰੇ ਰਾਤ ਇੱਥੇ ਕੱਟ ਲੈਂਦੇ ਹਾਂ ਕੱਲ੍ਹ ਸਵੇਰੇ ਚੱਲਾਂਗੇ ਠਹਿਰ ਗਿਆ ਸ਼ਾਮ ਦਾ ਵਕਤ ਲੰਗਰ ਵਗੈਰਾ ਦੀ ਘੰਟੀਆਂ ਵੱਜ ਗਈਆਂ ਪ੍ਰਸ਼ਾਦ ਛਕਲੇ ਇਹ ਜਾਣ ਕੇ ਇਹ ਤਾਂ ਨੇੜੇ ਹੀ ਰਹਿੰਦੇ ਹਨ ਇਹਨੂੰ ਤਾਂ ਕਈ ਦਫ਼ਾ ਇਸ਼ਨਾਨ ਕੀਤਾ ਹੁਣ ਇਹ ਆਪਣੇ ਦਿਲ ਵਿੱਚ ਹੀ ਖਿਆਲ ਕਰਕੇ ਉਸਨੇ ਉੱਥੋਂ ਉਸ ਲੰਗਰ ਵਿੱਚੋਂ ਭੋਜਨ ਛਕ ਲਿਆ ਬਾਅਦ ਵਿੱਚ ਮੁਖੀ ਮਹਾਤਮਾ ਦੇ ਪਾਸ ਹੋਰ ਵੀ ਪ੍ਰੇਮੀ ਆ ਬੈਠੇ ਉਹ ਵੀ ਆ ਬੈਠੇ ਆਪਣੇ ਆਪਣੇ ਖਿਆਲ ਦੀ ਗੱਲ ਹਮੇਸ਼ਾ ਮਹਾਂਪੁਰਖ ਪਾਸ ਜਾ ਕੇ ਕੋਈ ਛੇੜਿਆ ਕਰਦਾ ਹੈ ਉਸਨੇ ਗੱਲ ਛੇੜੀ ਬਾਬਾ ਜੀ ਆਪਣੇ ਤਾਂ ਕਈ ਦਫ਼ਾ ਗੰਗਾ ਜੀ ਦਾ ਇਸ਼ਨਾਨ ਕੀਤਾ ਹੋਣਾ ਕਿਉਂਕਿ ਆਪ ਨੇੜੇ ਵੱਸਦੇ ਹੋ ਉਹ ਕਹਿਣ ਲੱਗੇ ਬਈ ਅਸੀਂ ਤਾਂ ਇੱਕ ਵਾਰੀ ਵੀ ਨਹੀਂ ਕੀਤਾ ਸਾਡੀ ਨਿਸ਼ਠਾ ਤਾਂ ਸਾਡੀ ਸ਼ਰਧਾ ਤਾਂ ਭਗਤੀ ਔਰ ਗਿਆਨ 'ਤੇ ਹੈ ਇਸ ਕਰਕੇ ਯਾਤਰਾ ਗੰਗਾ ਜੀ ਦੀ ਵਿੱਚੇ ਆ ਗਈ ਸੱਚਾ ਤੀਰਥ ਨਾਮ ਹੈ ਇਹ ਸੁਣ ਕੇ ਉਹ ਘਬਰਾ ਗਿਆ ਓਹੋ ਕਹਿਣ ਲੱਗਾ ਮੈਂ ਤਾਂ ਪ੍ਰਣ ਭੰਗ ਕਰ ਬੈਠਾ ਮੈਂ ਤਾਂ ਉਸ ਦੇ ਹੱਥੋਂ ਜਾਂ ਉਸਦੇ ਘਰੋਂ ਕਦੇ ਨਹੀਂ ਸਿੱਖਾ ਦਾ ਜਿਹਨੇ ਕਦੇ ਗੰਗਾ ਜੀ ਦਾ ਇਸ਼ਨਾਨ ਨਾ ਕੀਤਾ ਹੋਵੇ ਤਾਂ ਕਹਿੰਦੇ ਕੀਤਾ ਹੀ ਨਹੀਂ ਕਦੇ ਘਬਰਾਹਟ ਹੋਣੀ ਲਾਜ਼ਮੀ ਸੀ ਸੂਰ ਛਿਪ ਗਿਆ ਘਬਰਾਇਆ ਉਸ ਹੱਦ ਤੋਂ ਡੇਰੀ ਦੀ ਤੋਂ ਬਾਹਰ ਨਿਕਲ ਗਿਆ ਮੈਂ ਇੱਥੇ ਨਹੀਂ ਰਹਿੰਦਾ ਰਾਤ ਨੂੰ ਨਾਲ ਇੱਕ ਟਿੱਬਾ ਸੀ ਉੱਚਾ ਜਿਹਾ ਗਰਮੀ ਦਾ ਮੌਸਮ ਸੀ ਕੁਛ ਉਹਦੇ ਉੱਪਰ ਜਾ ਕੇ ਰਾਤ ਇੱਥੇ ਕੱਟ ਲੈਂਦੇ ਹਾਂ ਸਵੇਰੇ ਚੱਲਾਂਗੇ ਕਿਉਂਕਿ ਅੱਗੇ ਘਣਾ ਜੰਗਲ ਹੈ ਘਬਰਾਏ ਆਦਮੀ ਨੂੰ ਨੀਂਦ ਨਹੀਂ ਪਿਆ ਕਰਦੀ ਕੁਦਰਤੀ ਗੱਲ ਹੈ ਨੀਂਦ ਦੇ ਨਾ ਆਉਣ ਦਾ ਕਾਰਨ ਚਿੱਤ ਦੀ ਘਬਰਾਹਟ ਹੈ ਖੋਭ ਹੈ ਘਬਰਾਹਟ ਹੋਣ ਕਰਕੇ ਉਸਨੂੰ ਨੀਂਦ ਨਾ ਪਈ
ਦੀ ਰਾਤ ਗੁਜ਼ਰ ਗਈ ਪਿਛਲਾ ਪੈ ਰਾਤਰੀ ਦਾ ਹੋਇਆ ਕੀ ਦੇਖਦਾ ਹੈ ਤਿੰਨ ਗੂਆਂ ਕਾਲੇ ਰੰਗ ਦੀਆਂ ਚਲੀਆਂ ਆਖੀਆਂ ਹਨ ਤਿੱਬੇ ਦੇ ਪਾਸ ਦੀਆਂ ਗੁਜ਼ਰੀਆਂ ਅੱਗੇ ਜਿੱਥੇ ਬਾਹਰਲੇ ਪਾਸੇ ਗੰਦੇ ਜਿਹੇ ਪਾਣੀ ਦਾ ਡੁੰਮ ਸੀ ਜਿਹੜਾ ਅੰਦਰੋਂ ਉੱਥੋਂ ਦੇ ਨਹਾਉਣ ਇਸ਼ਨਾਨ ਆਦਿ ਕਰਨ ਵਾਲੇ ਸਾਧੂ ਮਹਾਤਮਾ ਉਹਨਾਂ ਦੇ ਨਹਾਉਣ ਵਗੈਰਾ ਦਾ ਪਾਣੀ ਆਉਂਦਾ ਸੀ ਉੱਥੇ ਬਾਹਰ ਗਿਰਦਾ ਸੀ ਉੱਥੇ ਆ ਕੇ ਉਹਨਾਂ ਨੇ ਕਾਲੇ ਰੰਗ ਦੀਆਂ ਗੁੰਮੜੀਆਂ ਜਾਂਦੀਆਂ ਹੈਰਾਨ ਹੋ ਗਿਆ ਵੀ ਇਹਨਾਂ ਦੇ ਰੰਗ ਸਫੇਦ ਕਿਵੇਂ ਹੋ ਗਏ ਹੁਣ ਇੱਥੋਂ ਲੰਘੀਆਂ ਕਾਲੇ ਰੰਗ ਸਨ ਉਹ ਪੁੱਛਣਗੇ ਤੁਸੀਂ ਕੌਣ ਹੋ ਪਹਿਲੇ ਜਾਂਦੇ ਤੁਹਾਡੇ ਰੰਗ ਕਾਲੇ ਹੋ ਗੰਦੇ ਜਿਹੇ ਪਾਣੀ ਵਿੱਚ ਤੁਸੀਂ ਚੁੱਲੀਆਂ ਲਾਈਆਂ ਤੁਹਾਡੇ ਰੰਗ ਸਫੈਦ ਹੋ ਗਏ ਇਹ ਕੀ ਕਾਰਨ ਹੈ ਅਸਲੀ ਹਕੀਕਤ ਖੋਲ ਕੇ ਦੱਸੋ ਉਹ ਕਹਿਣ ਲੱਗੇ ਸੀ ਤਿੰਨ ਪਵਿੱਤਰ ਨਦੀਆਂ ਗੰਗਾ ਜਮਨਾ ਗੋਦਾਵਰੀ ਇਸ ਅਭਿਮਾਨੀ ਦੇਵਤਾ ਇਹਨਾਂ ਦੇ ਸਾਡੇ ਰੰਗ ਕਾਲੇ ਪਹਿਲੇ ਕਿਉਂ ਸਨ ਲੋਕੀ ਸਾਡੇ ਸ਼ਰਧਾ ਨਾਲ ਇਸ਼ਨਾਨ ਆਦਿ ਕਰਦੇ ਨੇ ਪਾਪ ਛੱਡ ਜਾਂਦੇ ਨੇ ਪਾਪ ਦਾ ਰੰਗ ਹਮੇਸ਼ਾ ਕਾਲਾ ਹੈ ਇਸ ਕਰਕੇ ਸਾਡੇ ਰੰਗ ਕਾਲੇ ਸਿਆਹ ਹੋ ਗਏ ਸੀ ਅਸੀਂ ਇਹੋ ਜਿਹੇ ਭਗਤੀ ਬ੍ਰਹਮ ਗਿਆਨ ਦੇ ਵਿੱਚ ਰੰਗੇ ਜਿਹੜੇ ਮਹਾਂਪੁਰਖ ਉਹਨਾਂ ਦੇ ਚਰਨ ਰਜ ਦੇ ਨਾਲ ਆਪਣੇ ਚਰਨ ਤੁੜੀ ਦੇ ਨਾਲ ਆਪਣੇ ਪਾਪਾਂ ਨੂੰ ਧੋਂਦੇ ਹਾਂ ਇੱਥੇ ਇਸ਼ਨਾਨ ਕੀਤੇ ਸਾਡੇ ਪਾਪ ਲੈ ਗਏ ਸਾਡੇ ਰੰਗ ਚਿੱਟੇ ਹੋ ਗਏ ਉੱਥੇ ਗੁਰੂ ਜੀ ਨੇ ਕਿੱਥੇ ਉਹ ਦੱਸਿਆ ਨਾ ਤੀਰਥ ਵੀ ਲੋਚਦੇ ਸੰਤਾਂ ਦੀ ਤੁੜੀ ਤਾਨੀ ਤੀਰਥ ਵੀ ਲੋਚਦੇ ਸੰਤਾਂ ਦੀ ਤੁੜੀ ਤਾਨੀ ਗੋਦਾਵਰੀ ਸ੍ਰਿਸ਼ਟੀ ਤੇ ਉਦਮ ਕਰੇ ਧੂਰ ਸਾਧੂ ਕੀਤਾ ਹੀ ਕਿਲੇ ਇੱਕ ਮਹਿਲ ਭਰੇ ਪਰੇ ਹਮਰੇ ਵਿੱਚ ਅਮਰੀ ਮਹਿਲ ਸਾਧੂ ਕੀ ਧੂੜ ਗਵਾਏ ਸੋ ਤੀਰਥ ਮਹਾਂਪੁਰਖ ਦੀ ਧੂੜੀ ਨੂੰ ਚਾਹੁੰਦੇ ਹਨ ਇਸੀ ਵਾਸਤੇ ਪਰੰਪਰਾ ਕੀਤੀ ਚਲਾਈ ਹੋਈ ਹੈ ਬਾਰਾਂ ਸਾਲ ਪਿੱਛੋਂ ਕੁੰਭ ਹੁੰਦੇ ਹਨ ਛੇ ਸਾਲ ਪਿੱਛੇ ਕੁੰਭੀਆਂ ਹੁੰਦੀਆਂ ਹਨ ਅਲੈਦ ਅਲੈਦਾ ਤੀਰਥਾਂ ਦੀਆਂ ਉਸ ਬਹਾਨੇ ਮਹਾਂਪੁਰਖ ਇਸ਼ਨਾਨ ਆਦਿ ਦੇ ਬਹਾਨੇ ਉਹਨਾਂ ਵਿੱਚ ਆਪਣੇ ਚਰਨ ਪਾਉਂਦੇ ਹਨ ਉਹਨਾਂ ਦੇ ਪਾਪ ਲਾਉਂਦੇ ਹਨ ਇਤਿਹਾਸ ਖੈਰ ਖਿਆਲ ਕਰੋ ਬਾਬਾ ਅਮਰਦਾਸ ਜੀ ਨਾਲ ਉਸ ਨੇ ਗੱਲਬਾਤ ਕੀਤੀ ਉਹ ਨੂਰੇ ਦੇ ਹੱਥੋਂ ਖਾਂਦਾ ਨਹੀਂ ਸੀ ਹੁੰਦਾ ਪਰ ਗਲਤੀ ਨਾਲ ਆਪ ਜੀ ਤੋਂ ਪੰਜੀਰੀ ਵਗੈਰਾ ਲੈ ਕੇ ਖਾਂਦਾ ਰਿਹਾ ਹੈ ਅੱਜ ਪਤਾ ਲੱਗਿਆ ਵੀ ਆਪ ਤਾਂ ਨੂਰੇ ਹੈ ਬੜਾ ਘਬਰਾਇਆ ਚਿੱਤ ਨੂੰ ਖੁਬ ਹੋਇਆ ਉਸੀ ਵਕਤ ਕੁਛ ਘਬਰਾਹਟ ਵਿੱਚ ਝੂਲਾਇਆ ਚਿਹਰਾ ਆਪ ਤੋਂ ਅਲਹਿਦਾ ਹੋ ਜਾਂਦਾ ਹੈ ਉਸਦਾ ਗਹਿਰਾ ਅਸਰ ਆਪ ਜੀ ਦੇ ਨਰਮ ਦਿਲ ਤੇ ਹੋਇਆ ਉਸ ਦਿਨ ਤੋਂ ਜ਼ਬਰਦਸਤ ਲਗਨ ਗੁਰੂ ਮਿਲਾਪ ਦੀ ਆਪ ਜੀ ਨੂੰ ਲੱਗੀ ਦਿਨ ਰਾਤ ਇਸੀ ਲਗਨ ਵਿੱਚ ਬੀਤਦੀ ਹੈ ਸੋ ਉਹ ਤਾਂ ਚਲਾ ਗਿਆ ਆਪ ਜੀ ਨੂੰ ਦਿਨ ਰਾਤ ਇਹੀ ਖਿਆਲ ਰਹਿੰਦਾ ਹੈ ਉਮਰ
بچپن نو جوانی کھا گئی، جوانی نو بڑھاپے نے منہ پایا ہے، 60 سال دی آیو ہو گئی ہے، تے پتہ نہیں کچھ دن باقی ہیں کہ نہ ہیں۔ اگر نگرے کچھ دے شریر دا انت ہو گیا، اس نے پھر جنم ہے، مکتا ہو دی کتے ہونی ہے، بلکہ مانوک دے بھی نہیں مل دی تھے۔ اتیات سوچ سوچ کے بڑا چتنوں گھبراہٹ پیدا ہویا کرے، میں نہیں پتا گرو نو کتھوں ڈھونڈا، کہو جا گرو ہوندا ہے، کی لکھن ہوندے نے، کچھ پتا نہیں۔ اتیات کافی دن گزر گئے، اس لگن دے وچ کوئی چیز چنگی نہیں لگتی، نہ کھانا چنگا لگتا ہے، نہ اچھی نیند آتی ہے، نہ کوئی ہور وستو چنگی لگتی ہے، دن رات من انہاں وہناں وچ رڑے چلا جا رہا۔ یہ ٹھاڑ دے دن، گرمی کا موسم، لوگ گرمی کے سبب کوٹھیاں تے پیندے۔ اج آپ جی نے بھی اپنا کھاٹ، اپنا پنگڑا کوٹھے تے چڑھا لیا اس وقت ہی، پر من انہاں وہناں وچ رڑیا جا رہا ہے، من بچپن میں جوانی کھا گئی، جانے نوں بڑھاپا ہے، پتا نہیں کئے دن کی زندگی ہے، نگرے کا جی شریر انت ہو گیا تو مانک دے بھی نہیں ملتی ہوں، پتا نہیں کیویں گرو نوں ڈھونڈنا۔ اتیاد خیالات آ کے من وچ بہت گھبراہٹ پیدا ہویا کرے، جانتا ہوئیے لاگی اس تو جانے پیر، رام بھگت انیالے تیر، جس لاگی پیر پرم کی سو جانے جریا۔ سو یوں اسی طرح پہر رات گزر گئی، ادھی رات گزر گئی، نیند نہیں پئی، کیونکہ چنتا تر پرش نیند نہیں آتی ہوں، دکھی پرش نیند نہیں آتی ہوں، روگی نیند نہیں آتی ہوں، جس نے قرضہ دینا اس کو بھی چنگی نیند نہیں آیا کرتی، جس کے گھر بار پراپت کرنے اجے گھر نہ ملے انہوں بھی چنگی نیند، یہ جی کئی کارن کر کے نیند کتنے کتنے خوشی وچ بھی نیند اڑ جایا کرتی۔ آپ جی نو پچھلا پہ راتری کا ہو آیا، جڑا واحگو کے پیاروں کے اٹھن کا، اٹھ کے اشنان آدھ کر کے پربھو کے دھیان جڑن کا سما، چوتھے پیر سبھا کے سورتیں اپجائے چاؤ، تین دریاو سیوں دوستی منمک سچا نا۔ رات کے چوتھے پہر، دن رات کے اٹھ پیر ہوں ہیں، رات کا پچھلا پہر یعنی چوتھا پہر، واحگو کے پیاروں کے چیتے شوق جاگتا ہے، اس موقع کلجگ کے جلڑ موریاں کر کے اٹھتے ہیں، اشنان آدھ کر کے پربھو دھیان جڑتے ہیں، اس وقت دے دھیان یعنی شمرن اور اشنان کا پھل گرو جی یوں درسوں دے ہن۔ کر اشنان سمر پر بھی اپنا من تن پھے اروگا، کر اشنان سمر پر من تن پھے اروگا جی، ¡Gracias!
انسان من کر کے تن کر کے اور دونوں حالتاں کر کے روگی ہے بیمار ہے مریض ہے بیمار آدمی دکھی ہوندا سکھی نہیں ہویا کردا تدے ہی اے دکھی ہے سو انہاں دونوں دا علاج گرو جی اکٹھا ہی دس دین کر اشنان سمر پر اپنا من تن بھے اروگا اس وقت اٹھ کے اچھی طرح سوچ داتن کرلا کر کے اشنان کر اشنان تو بعد سمرن کر برتی سمرن وچ جوڑ بھجن وچ جوڑ پھل کی ہوئے گا من اور تن دونوں نو اروگتا ملے گی من نو شانتی ملے گی تن نو اروگتا ملے گی یہی نہیں اگے دس دن کوٹ بگن لاتے پر وشرنا پرگٹے بھلے سنجوگا یوں کرن کر کے پربھو دی شرن گرن کر کے کروڑا ہی بگن دور ہون گے وہار پر مار دے اگے واسطے انسان دی قسمت چنگی ہوئے گی یہ دا اے پھل ہوئے گا سو او وقت ہو آیا بی بی امرو صاحب گرو انگد دیو مہاراج جی دی سپتری جتھے سیوا پجندہ دکھار آدمیاں نو ہے اوتھے بیبیاں نو بھی ہے کئی لوگ کہندے نے کئی مت متانتراں دا خیال ہے بھئی زنانیاں دا لڑکیاں دا کلیان نہیں ہوندی اگلا جنم مانک دا ملو پھر کلیان ہوئے گی لیکن اے خیال غلط ہے کلیان مکت برم گیان سے ہے برم گیان ہمیشہ بدھ نو ہونا ہے بدھ جتھے انسان نو انہاں نو بھی ہے جتھے اج منسٹر بھی ہن میجسٹریٹ بھی ہن ڈی سی بھی ہن ہور کی برم گیان ہی نہیں ہوندا برم گیان تو جگہ جگنتراں تو چلے آ رہے انہاں ਰਾਣੀ ਚੁੜਾਲਾਂ ਵਰਗੀਆਂ ਬ੍ਰਹਮ ਗਿਆਨਾਂ ਹੋਈਆਂ ਹਨ ਗਾਰਗੀ ਐਸੀਆਂ ਜਿਹਨਾਂ ਤੋਂ ਬੜੇ ਬੜੇ ਉਪਦੇਸ਼ ਲੈਣ ਹੋਰ ਬੇਅੰਤ ਗੁਰੂ ਘਰ ਦੇ ਵਿੱਚ ਮਾਈ ਭਾਗੋ ਵਰਗੀਆਂ ਅਵਧੂਤ ਅਵਸਥਾ ਵਾਲੀਆਂ ਬ੍ਰਹਮ ਗਿਆਨਾਂ ਸੋ ਇਸ ਕਰਕੇ ਭਗਤੀ ਗਿਆਨ ਇੱਕ ਦਾ ਦਿਖਾਰ ਹੈ ਸੋ ਬੀਬੀ ਅਮਰੋ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੁਪੁੱਤਰੀ ਆਪ ਜੀ ਦੇ ਭਤੀਜੇ ਨੂੰ ਵਿਆਹੀ ਹੋਈ ਸੀ ਯਾਨੀ ਬਾਬਾ ਅਮਰਦਾਸ ਜੀ ਦੇ ਭਤੀਜੇ ਨੂੰ ਵਿਆਹੀ ਹੋਈ ਸੀ ਰੋਜ਼ ਪਿਛਲੇ ਪੈਰ ਉੱਠ ਕੇ ਇਸ਼ਨਾਨ ਆਦਿ ਕਰਕੇ ਉਸਨੇ ਪਹਿਲੇ ਕੁਛ ਦੇਰ ਚੁੱਪ ਚਾਪ ਸਿਮਰਨ ਅਭਿਆਸ ਅਜਪਾ ਜਪ ਜਪਣਾ ਉਸ ਤੋਂ ਬਾਅਦ ਘਰ ਦਾ ਕੰਮ ਦੁੱਧ ਆਦਿ ਰਿੜਕਣਾ ਸ਼ੁਰੂ ਕਰਨਾ ਔਰ ਅੰਮ੍ਰਿਤ ਵੇਲ ਦੀ ਬਾਣੀ ਪੜ੍ਹਨੀ ਸ਼ੁਰੂ ਕਰਨਾ ਇਉਂ ਅੱਜ ਵੀ ਉਸਨੇ ਇਸ਼ਨਾਨ ਆਦਿ ਕਰਕੇ ਕੁਛ ਦੇਰ ਚੁੱਪ ਚਪਾਤੇ ਸਿਮਰਨ ਸਿਮਰਨ ਦੋ ਕਿਸਮ ਦਾ ਇੱਕ ਜਾਪ ਹੁੰਦਾ ਇੱਕ ਜਪਾ ਹੁੰਦਾ ਸਾਸਨ ਜਾਪ ਜ਼ਬਾਨ ਹਿਲਾ ਕੇ ਕੀਤਾ ਜਾਵੇ ਉਹਨੂੰ ਜਾਪ ਕਹਿੰਦੇ ਹਨ ਜਿੱਥੇ ਜ਼ਬਾਨ ਨਾ ਹਿੱਲੇ ਖਿਆਲ ਹੀ ਕੰਮ ਕਰੇ ਉਹਨੂੰ ਅਜੱਪਾ ਕਹਿੰਦੇ ਹਨ ਅਜੱਪਾ ਜਾਪਣਾ ਵੀ ਇਸ ਤਰ੍ਹਾਂ ਆਜੂ ਆਸਮਾਨ ਇਸ ਦੇ ਬਹੁਤ ਸਾਰੇ ਤਰੀਕੇ ਹਨ ਸਵਾਸ ਪ੍ਰਾਸ ਵੀ ਅਜੱਪਾ ਹੁੰਦਾ ਹੈ ਮਤ ਮਹਾਂ ਬਾਣੀ ਵਿੱਚ ਵੀ ਹੁੰਦਾ ਹੈ ਪਸੰਤੀ 'ਚ ਵੀ ਹੁੰਦਾ ਹੈ ਪਰਾਵਾਣੀ 'ਚ ਵੀ ਹੁੰਦੇ ਹੈ ਤ੍ਰਿਪਤੀ 'ਚ ਵੀ ਹੁੰਦਾ ਹੈ ਦਸਵੇਂ ਪਾਠ 'ਚ ਵੀ ਹੁੰਦਾ ਹੈ ਯਾਨੀ ਅਜੱਪਾ ਦੇ ਰੋਮ ਰੋਮ ਵਿੱਚੋਂ ਵੀ ਨਾਮ ਦੀ ਧੁਨੀ ਹੁੰਦੇ ਅਭਿਆਸ ਜੈਸੀ ਜੈਸੀ ਉਸ ਦਾ ਕਿਸੇ ਨੇ ਪ੍ਰਪੱਕ ਕਰ ਲਈ ਹੈ ਮਹਾਂਪੁਰਖ ਦੇ ਇਸ਼ਾਰੇ ਦੇ ਮੁਤਾਬਕ ਵੈਸਾ ਉਸਦਾ ਅਜੱਪਾ ਸ਼ੁਰੂ ਹੋ ਜਾਂਦਾ ਹੈ ਕਦੇ ਵੀ ਨਹੀਂ ਵਿਸਰਦਾ ਹੋ ਰਿਹਾ ਅੱਠੇ ਪੈਰ ਚੌਂਟ ਘੜੀ ਨਾਮ ਦੀ ਉਸਤਾ ਦੀ ਬਾਬਤ ਹੈ ਦੱਸਿਆ ਨੌਨੀ ਦਾ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ਼ਕਾ ਵਿਸਰਾਮ ਨੌਨੀ ਦੀਆਂ ਦਾ ਦਾਤਾ ਪ੍ਰਭੂ ਦਾ ਨਾਮ ਇਹਦਾ ਵਿਸਰਾਮ ਸਰੀਰ ਹਰ ਇੱਕ ਸਰੀਰ ਵਿੱਚ ਹੈ ਪੈਰ ਦੇ ਅੰਗੂਠੇ ਤੋਂ ਸਿਰ ਦੀ ਚੋਟੀ ਤੱਕ ਇਹਦਾ ਨਿਵਾਸ ਹੈ ਪਰ ਸੁਣ ਨਹੀਂ ਸਕੀ ਸੋ ਆਇਓ ਪਹਿਲੇ ਕੁਛ ਦੇਰ ਸਿਮਰਨ ਕੀਤਾ ਬੀਬੀ ਅਮਰੋ ਨੇ ਉਸ ਤੋਂ ਬਾਅਦ ਦੁੱਧ ਰਿੜਕਣਾ ਸ਼ੁਰੂ ਕਰ ਦਿੱਤਾ ਕਿਉਂਕਿ ਪਿੰਡਾਂ ਦੇ ਵਿੱਚ ਦੁੱਧ ਆਦਿ ਰਿੜਕਣਾ ਜ਼ਰੂਰੀ ਹੁੰਦਾ ਹੈ ਦੁੱਧ ਰਿੜਕਣਾ ਸ਼ੁਰੂ ਕੀਤਾ ਅੰਮ੍ਰਿਤ ਵੇਲ ਦੀ ਬਾਣੀ ਸ੍ਰੀ ਆਸਾ ਜੀ ਦੀ ਬਾਤ ਉਸਦਾ ਪਾਠ ਵੀ ਨਾਲ ਨਾਲ ਸ਼ੁਰੂ ਕਰ ਦਿੱਤਾ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਭਜਨ ਕਰਨ ਵਾਲੇ ਕੁਛ ਇਕਾਂਤ ਬੈਠ ਕੇ ਲਿਵ ਲਾਉਂਦੇ ਹਨ ਕੁਛ ਸੰਗਤ ਵਿੱਚ ਜੁੜ ਕੇ ਇਹ ਵੀ ਭਜਨ ਹੈ ਇਕਾਂਤ ਬੈਠ ਕੇ ਵੀ ਹੈ ਔਰ ਕੰਮਕਾਰ ਦੇ ਦੌਰਾਨ ਵਿੱਚ ਵੀ ਹੋ ਸਕਦਾ ਬਸ਼ਰਤੇ ਕਿ ਕੰਮ ਦਿਮਾਗੀ ਨਾ ਹੋਵੇ ਖਿਆਲ ਦਾ ਨਾ ਹੋਵੇ ਤੁਰਦੇ ਫਿਰਦੇ ਹੋ ਰੱਥੀ ਕੰਮਕਾਰ ਕਰਨ ਹੋਵੇ ਦਿਮਾਗੀ ਕੰਮ ਦੇ ਵਿੱਚ ਥੋੜ੍ਹਾ ਥੋੜ੍ਹਾ ਜਿਹੜਾ ਸਮਾਂ ਮਿਲਦਾ ਰਹੇ ਜਿਹੜੇ ਪ੍ਰੇਮੀ ਨੇ ਉਸ ਨੂੰ ਸੰਭਾਲ ਸਕਦੇ ਹੈ ਸੰਯੋਗ ਕਰਕੇ ਹੱਥੀਂ ਦੁੱਧ ਰਿੜਕਣਾ ਸ਼ੁਰੂ ਕਰ ਦਿੱਤਾ ਔਰ ਅੰਮ੍ਰਿਤ ਵੇਲ ਦੀ ਬਾਣੀ ਸ੍ਰੀ ਅਸਜ ਦੀ ਵਾਰ ਉਹਦਾ ਵੀ ਜ਼ਬਾਨ ਦੇ ਨਾਲ ਪਾਠ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਟਿਕਟਕਾ ਦਾ ਸਮਾਂ ਸੀ ਬਾਬਾ ਅਮਰਦਾਸ ਜੀ ਨੂੰ ਸਾਰੀ ਰਾਤ ਨੀਂਦ ਨਹੀਂ ਸੀ ਪਈ ਗੁਰੂ ਮਿਲਾਪ ਦੀ ਲਗਨ ਦੇ ਵਿੱਚ ਉਹਨਾਂ ਦਾ ਚਿੱਤ ਤੜਪ ਰਿਹਾ ਸੀ ਸੋ
ਬੀਬੀ ਨੇ ਪਹਿਲਾ ਹੀ ਸ਼ਲੋਕ ਆਇਆ ਅਸਾ ਦੀਵਾਰ ਦਾ ਉਹਦੀ ਆਵਾਜ਼ ਨੂੰ ਆਪ ਜੀ ਦੇ ਕੰਨ ਵਿੱਚ ਪੈਂਦੀ ਹੈ ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਏ ਕਰਤ ਨਾ ਲਾਗੀ ਵਾਰ ਗੁਰਬਾਣੀ ਸੁਖੈਨ ਤੇ ਸੁਖੈਨ ਵੀ ਹੈ ਮੁਸ਼ਕਿਲ ਤੇ ਮੁਸ਼ਕਿਲ ਵੀ ਹੈ ਪਰ ਇਹ ਤਾਂ ਬੜੀ ਸੁਖੈਨ ਹੈ ਜਿਹਦਾ ਮਤਲਬ ਗੁਰੂ ਤੋਂ ਬਲਿਹਾਰੀ ਜਾਵਾਂ ਦਿਹਾੜੀ ਵਿੱਚ ਦਿਨ ਵਿੱਚ ਸੌ ਵਾਰੀ ਬਲਿਹਾਰੇ ਜਾਵਾਂ ਕਿਉਂ ਜੀ ਜਿਸਨੇ ਪਸ਼ੂ ਪ੍ਰੇਤੋਂ ਦੇਵ ਕਰ ਪੂਰੇ ਸਤਿਗੁਰ ਕੀ ਵਡਿਆਈ ਪਸ਼ੂ ਪ੍ਰੇਤ ਤੋਂ ਦੇਵਤਾ ਬਣਾ ਦਿੱਤਾ ਮਨੁੱਖਾਂ ਵਿੱਚ ਪਸ਼ੂ ਵੀ ਹਨ ਪ੍ਰੇਤ ਵੀ ਹਨ ਜਿਹੀ ਜਿਹੀ ਕਿਸੇ ਦੀ ਬਿਰਤੀ ਜਿਹੇ ਜਿਹੇ ਖਿਆਲਾਤ ਕਰਤੱਵ ਵੈਸਾ ਹੀ ਉਸਨੂੰ ਦਰਜਾ ਮਿਲਦਾ ਹੈ ਜਿਹੜੇ ਖਾਣ ਪੀਣ ਤੱਕ ਹੀ ਮਹਿਦੂਦ ਹਨ ਭਾਵੇਂ ਕੁਛ ਵੀ ਹੈ ਕਿਸੇ ਦਾ ਹੱਕ ਮਾਰ ਲਿਆ ਕੁਛ ਕਰ ਲਿਆ ਉਹਨਾਂ ਨੂੰ ਹੈਵਾਨਾਂ ਦਾ ਦਰਜਾ ਦਿੱਤਾ ਜਿਨ੍ਹਾਂ ਦੀ ਛੜੀਆ ਬਿਰਤੀ ਹੈ ਉਹਨੂੰ ਪ੍ਰੇਤ ਸੁਭਾਅ ਹੈ ਜਿਨ੍ਹਾਂ ਦਾ ਪ੍ਰਧਾਨ ਉਹਨੂੰ ਪ੍ਰੇਤ ਕਿਹਾ ਜਾਂਦਾ ਪਸ਼ੂ ਪ੍ਰੇਤ ਇਸੇ ਤਰ੍ਹਾਂ ਜਿਨ੍ਹਾਂ ਦੇ ਦੈਵੀ ਸੁਭਾਅ ਪ੍ਰਧਾਨ ਹਨ ਦੇਵਤਿਆਂ ਵਾਲੇ ਉਹਨੂੰ ਦੇਵਤਾ ਕਿਹਾ ਜਾਂਦਾ ਦੁਨੀਆਂ ਵਿੱਚ ਗੁਰੂ ਸ਼ਰਨ ਵਿੱਚ ਆ ਕੇ ਦੇਵਤਾ ਸੁਭਾਅ ਪ੍ਰਾਪਤ ਹੁੰਦਾ ਅਸਲੀ ਸੁਭਾਅ ਇਸਦਾ ਦੈਵੀ ਸੁਭਾਅ ਵੀ ਹੈ ਦੂਸਰੇ ਓਪਰੇ ਸੁਭਾਅ ਕਰ ਸਿੱਧੀ ਵਾਸਤੇ ਇਸਨੂੰ ਮਿਲੇ ਹੋਏ ਸਰੀਰ ਦੇ ਚੰਦ ਦਿਨ ਜਿਹੜਾ ਇਸਨੂੰ ਮਿਲਿਆ ਉਸਦੀ ਕਰ ਸਿੱਧੀ ਵਾਸਤੇ ਉਪਰੇ ਸੁਭਾਅ ਇਸਨੂੰ ਅਸਲੀ ਸੁਭਾਅ ਇਸਦਾ ਜੀਵ ਦਾ ਦੇਵਤਾ ਸੁਭਾਅ ਸਿਉਂ ਕਰਕੇ ਇਹੋ ਜਿਹੇ ਗੁਰੂ ਤੋਂ ਸੌ ਵਾਰੀ ਦਿਹਾੜੀ ਵਿੱਚ ਬਲਿਹਾਰੇ ਜਾਣਾ ਬਹੁਤ ਥੋੜ੍ਹਾ ਹੈ ਫਿਰ ਅੱਗੇ ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੁੰਦੇ ਆ ਗੁਰਬਿੰਦ ਕੌਰ ਅੰਧਾਰ ਪਿਆਰੇ ਗੁਰਬਿੰਦ ਕੌਰ ਅੰਧੇਰਾ ਚੰਦ ਭਾਵੇਂ ਸੌ ਚੜੇ ਜਾਏ ਚੜ੍ਹ ਪਾਵੇ ਸੋ 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 ਚੜ੍ਹ
ਬਚਨ ਦਾ ਉਗਵ ਹੈ ਸੂਰਜ ਜਿਹੜੇ ਹਜ਼ਾਰ ਇਹਤੇ ਚਾਨਣ ਹੁੰਦੇ ਆ ਗੁਰਬਿਨ ਕੌਰ ਅੰਧਾ ਮਨ ਦੇ ਅੰਦਰ ਇੱਕ ਅੰਧੇਰਾ ਹੈ ਇਸ ਨੂੰ ਅਗਿਆਨ ਦਾ ਅੰਧੇਰਾ ਕਿਹਾ ਜਾਂਦਾ ਸਾਰੇ ਦੁੱਖਾਂ ਦਾ ਮੂਲ ਜਿਸ ਦੀ ਵਾਪਤੇ ਨੂੰ ਦੱਸਿਆ ਅੰਧਕਾਰ ਸੁਖਬੂ ਨਾ ਸੋਈ ਹੈ ਰਾਜਾ ਰੰਕ ਦੋ ਮਿਲ ਰੋਈ ਹੈ ਉਸ ਅੰਧੇਰੇ ਵਿੱਚ ਭਾਵੇਂ ਰਾਜਾ ਹੈ ਭਾਵੇਂ ਗਰੀਬ ਹੈ ਦੋਵੇਂ ਦੁਖੀ ਹਨ ਘੁੱਪਾ ਹਨੇਰਾ ਹੋਵੇ ਕਾਨੂੰਨ ਕੁਦਰਤ ਕਿਸੇ ਦਾ ਲਿਹਾਜ਼ ਨਹੀਂ ਨਾ ਕਰਦੀ ਘੁੱਪਾ ਹਨੇਰਾ ਹੋਵੇ ਹੋਰ ਘਣਾ ਜੰਗਲ ਹੋਵੇ ਹੱਥ ਮਾਰਿਆ ਦੀਂਦਾ ਨਾ ਹੋਵੇ ਭਾਵੇਂ ਉੱਥੇ ਗਰੀਬ ਚਲੇ ਗਿਆ ਭਾਵੇਂ ਬਾਦਸ਼ਾਹ ਚਲੇ ਗਿਆ ਦੋਵੇਂ ਦੁਖੀ ਹੋਣਗੇ ਇਸੀ ਤਰ੍ਹਾਂ ਜਿਹੜਾ ਮਨ ਦੇ ਅੰਦਰ ਅਗਿਆਨ ਰੂਪੀ ਅੰਧੇਰਾ ਹੈ ਉਸ ਅਗਿਆਨ ਦੇ ਅੰਧੇਰੇ ਵਿੱਚ ਕੋਈ ਵੀ ਸੁਖੀ ਨਹੀਂ ਜਿੰਨੀ ਦੇਰ ਤੱਕ ਉਹ ਅੰਧੇਰਾ ਦੂਰ ਨਹੀਂ ਹੁੰਦਾ ਉਸਨੂੰ ਦੂਰ ਕਰਨ ਵਾਸਤੇ ਗੁਰੂ ਦਾ ਗਿਆਨ ਹੀ ਸਮਰੱਥ ਹੈ ਗੁਰੂ ਤੋਂ ਰੋਸ਼ਨੀ ਮਿਲਦੀ ਹੈ ਜਿਹੜੀ ਉਸ ਅੰਧੇਰੇ ਨੂੰ ਦੂਰ ਕਰਦੀ ਹੈ ਵਰਨਾ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਆਸਮਾਨ ਵਿੱਚ ਸੌ ਚੰਦਰਮਾ ਹਜ਼ਾਰ ਸੂਰਜ ਇੱਕ ਲੱਖ ਚੜ ਜਾਵੇ ਇਤਨੀ ਰੋਸ਼ਨੀ ਹੋ ਜਾਏ ਇਤਨੀ ਰੋਸ਼ਨੀ ਹੋਣ ਦੇ ਬਾਵਜੂਦ ਵੀ ਉਹ ਅਗਿਆਨ ਦਾ ਅੰਧੇਰਾ ਬਿਨਾਂ ਗੁਰੂ ਦੀ ਕਿਰਪਾ ਤੋਂ ਕਦੇ ਦੂਰ ਨਹੀਂ ਹੋ ਸਕਦਾ ਤਾਂ ਤੇ ਗੁਰੂ ਦੀ ਕਿਤਨੀ ਮਹਿਮਾ ਹੋਈ ਇਹ ਬਚਨ ਬਾਬਾ ਅਮਰਦਾਸ ਜੀ ਦੇ ਕੰਨ ਵਿੱਚ ਕੋਠੇ ਤੇ ਪਹਿਲਾਂ ਪਏ ਸਨ ਨੀਂਦ ਨਹੀਂ ਸੀ ਆਈ ਜਦੋਂ ਚਿੰਤਾ ਬੰਦ ਪਿਆ ਮੈਂ ਬੈਠਾ ਨੀਂਦ ਕਿੱਥੇ ਆਉਂਦੀ ਹੈ ਸੋ ਫਿਰ ਉੱਠ ਕੇ ਬੈਠ ਜਾਂਦੇ ਹਨ ਕੰਨ ਵਿੱਚ ਇਹ ਆਵਾਜ਼ ਪੈਣ ਕੰਨ ਦੇ ਡੂਨਿਆਂ ਦੁਆਰਾ ਇਸ ਅੰਮ੍ਰਿਤ ਨੂੰ ਪਾਨ ਕਰਨ ਲੱਗ ਪਏ ਹੈਰਾਨ ਹੋ ਰਹੇ ਹਨ ਕਿਉਂਕਿ ਗੁਰਬਾਣੀ ਹਰ ਕਿਸਮ ਦੇ ਅਧਿਕਾਰੀ ਦੀ ਅਗਵਾਈ ਕਰਦੀ ਹੈ ਉਹਨਾਂ ਨੂੰ ਗੁਰੂ ਮਿਲਾਪ ਦੇ ਵਾਸਤੇ ਤੜਪ ਸੀ ਉਹ ਜਿਹੇ ਬਚਨ ਇਹਨਾਂ ਨੂੰ ਬਹੁਤੇ ਚੰਗੇ ਔਰ ਅੱਛੀ ਤਰ੍ਹਾਂ ਸਮਝ ਆਉਂਦੇ ਹਨ ਹੈਰਾਨ ਹੋ ਰਹੇ ਹਨ ਵੀ ਸਾਡੇ ਘਰੋਂ ਆਵਾਜ਼ ਆ ਰਹੀ ਹੈ ਇਸ ਗੱਲ ਦੀ ਪੁਸ਼ਟੀ ਹੋ ਰਹੀ ਹੈ ਪਤਾ ਨਹੀਂ ਕਿਸ ਬਜ਼ੁਰਗ ਦਾ ਕਲਾਮ ਹੈ ਕਿਸ ਦੇ ਬਚਨ ਹਨ ਹੈਰਾਨ ਹੋ ਰਹੇ ਨੇ ਹੈਰਾਨੀ ਦੀ ਹੱਦ ਨਹੀਂ ਅੱਗੇ ਜਿਉਂ ਜਿਉਂ ਪਾਠ ਹੋ ਰਿਹਾ ਹੈ ਸ੍ਰੀ ਆਸਾ ਜੀ ਵਿਵਹਾਰ ਦਾ ਇਸ ਵਿਸ਼ੇ ਦੇ ਜਿਹੜੇ ਬਚਨ ਆਉਂਦੇ ਨੇ ਆਪ ਜੀ ਨੂੰ ਅੱਛੀ ਤਰ੍ਹਾਂ ਨਿਖਰਵੇਂ ਸਮਝ ਆਉਂਦੇ ਨੇ ਬਿਨ ਸਤਿਗੁਰੂ ਕਿਨੇ ਨਾ ਪਾਇਓ ਬਿਨ ਸਤਿਗੁਰੂ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖੇ ਹੋਣ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮੇਰੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮੇ ਵਿਚਾਰ ਹੈ ਜਿਨ ਸੱਚੇ ਸਿਉ ਚਿੱਤ ਲਾਇਆ ਜਗ ਜੀਵਨ ਦਾਤਾ ਪਾਇਆ ਵਾਹਿਗੁਰੂ ਹਮੇਸ਼ਾ ਹਰ ਇੱਕ ਨੂੰ ਨਾਲ ਹੈ ਹਾਜ਼ਰ ਹਜ਼ੂਰ ਹੈ ਕਿ ਜ਼ਾਹਿਰਾ ਜ਼ਰੂਰ ਹੈ ਕਦੇ ਵੀ ਕਿਸੇ ਨੂੰ ਦੂਰ ਨਹੀਂ ਪਰ ਇਤਨਾ ਨਜ਼ਦੀਕ ਤਰ ਹੋਣ ਦੇ ਬਾਵਜੂਦ ਵੀ ਉਸਨੂੰ ਬਿਨਾਂ ਗੁਰੂ ਦੀ ਕਿਰਪਾ ਤੋਂ ਕਿਸੇ ਨੇ ਪ੍ਰਾਪਤ ਨਹੀਂ ਕੀਤਾ ਕਿਉਂ ਨਹੀਂ ਕੀਤਾ ਸਤਿਗੁਰ ਵਿੱਚ ਆਪ ਰੱਖੇ ਨੂੰ ਗੁਰੂ ਨੇ ਉਸਨੂੰ ਸਹੀ ਕੀਤਾ ਹੈ ਪ੍ਰਗਟ ਕੀਤਾ ਹੈ ਕਰ ਪ੍ਰਗਟ ਆਖ ਸੁਣਾਇਆ ਅਧਿਕਾਰੀ ਜਨਾਂ ਨੂੰ ਪ੍ਰਗਟ ਕਰਕੇ ਦਿਖਾ ਦਿੱਤਾ ਇਹ ਵਚਨ ਵੀ ਇਹੋ ਜਿਹੇ ਅੱਛੀ ਤਰ੍ਹਾਂ ਸਮਝ ਆ ਰਹੇ ਹਨ ਇਸੀ ਤਰ੍ਹਾਂ ਬਾਰਵਾਂ ਸਲੋਕ ਆ ਜਾਂਦਾ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ ਤੇ ਮਨ ਜਿਹੜਾ ਹੈ ਸਾਰੇ ਝਗੜੇ ਝਾਟਿਆਂ ਦਾ ਮੂਲ ਮਨ ਹੈ ਹੇ ਰਾਮ ਜੀ ਵਸ਼ਿਸ਼ਟ ਜੀ ਕਹਿੰਦੇ ਹਨ ਤਮਾਮ ਉਪਦਰੋਂ ਕੇ ਦੇਣੇ ਵਾਲਾ ਇਹ ਮਨ ਹੈ ਜਿਤਨੀ ਦੇਰ ਤੱਕ ਇਸ ਮਨ ਨੂੰ ਜੈ ਨਹੀਂ ਕਰਦਾ ਪਰਮ ਪਦਵੀ ਦੀ ਪ੍ਰਾਪਤੀ ਹੋ ਨਹੀਂ ਸਕਦੀ ਇਸ ਮਨ ਨੂੰ ਗੁਰੂ ਗਿਆਨ ਤੋਂ ਬਿਨਾਂ ਕਿਸੇ ਨੇ ਜੈ ਕੀਤਾ ਹੋਰ ਕੋਈ ਉਪਾਅ ਨਹੀਂ ਇਸ ਮਨ ਨੂੰ ਜਿੱਤਣ ਵਾਸਤੇ ਤੇ ਇਸ ਵਾਸਤੇ ਦੱਸਦੇ ਹਨ ਕੁੰਭੇ ਬੱਧਾ ਜਲ ਰਹੇ ਮਨ ਪੰਛੀ ਤਬਲਗ ਉਡੇ ਜਬਲਗ ਵਿਸ਼ੇ ਵਾਸ਼ਨਾਮਾ ਗਿਆਨਬਾਜ਼ ਕੀ ਝਪਟਵੇਂ ਜਬਲਗ ਆਇਓ ਨਾ ਪਹਿਲੇ ਸਮਿਆਂ ਵਿੱਚ ਲੋਕ ਬਾਜ ਰੱਖਦੇ ਸਨ ਜਾਨਵਰਾਂ ਦਾ ਸ਼ਿਕਾਰ ਕਰਦੇ ਸਨ ਜਾਨਵਰ ਦੇ ਪਿੱਛੇ ਬਾਜ ਨੂੰ ਛੱਡ ਦੇਣਾ ਬਾਜ ਨੇ ਜਾਨਵਰ ਨੂੰ ਬੜੇ ਪੰਜਿਆਂ 'ਚ ਪਕੜ ਕੇ ਲਾਇਆ ਹੋਣਾ ਇਸੀ ਤਰ੍ਹਾਂ ਮਨ ਨੂੰ ਇੱਕ ਪੰਛੀ ਦੀ ਨਿਆਂ ਦੱਸਿਆ ਹੈ ਮਨ ਪੰਛੀ ਦੀਆਂ ਉਡਾਰੀਆਂ ਉੱਨੀ ਦੇਰ ਤੱਕ ਹਨ ਮਨ ਪੰਛੀ ਤਬ ਲੱਗ ਉਡੇ ਉੱਨੀ ਦੇਰ ਤੱਕ ਇਹਦੀਆਂ ਉਡਾਰੀਆਂ ਹਨ ਜਬਲਗ ਵਿਸ਼ੇ ਵਾਸ਼ਨਾਵਾਂ ਜਿੰਨੀ ਦੇਰ ਤੱਕ ਵਿਸ਼ੇ ਵਾਸ਼ਨਾ ਵਿੱਚ ਹੈ ਗਿਆਨਬਾਜ਼ ਕੀ ਝਪਟ ਮੈਂ ਜਬਲਗ ਆਇਓ ਨਾ ਜਿੰਨੀ ਦੇਰ ਤੱਕ ਬ੍ਰਹਮ ਗਿਆਨ ਰੂਪੀ ਬਾਜ ਦੇ ਝਪੱਟੇ ਵਿੱਚ ਆ ਨਹੀਂ ਗਿਆ ਉੱਨੀ ਦੇਰ ਤੱਕ ਮਨ ਰੂਪੀ ਪੰਛੀ ਦੀਆਂ ਉਡਾਰੀਆਂ ਹਨ ਜਦੋਂ ਬ੍ਰਹਮ ਗਿਆਨ ਦੇ ਝਪੱਟੇ ਵਿੱਚ ਆ ਗਏ ਨੇ ਉਡਾਰੀਆਂ ਖਤਮ ਹੋ ਜਾਂਦੀਆਂ ਹਨ ਪਰ ਗਿਆਨ ਕਿੱਥੋਂ ਮਿਲੇ ਇਹੋ ਜਿਹਾ ਉਹ ਗਿਆਨ ਗੁਰੂ ਬਿਨਾਂ ਮਿਲਦਾ ਨਹੀਂ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ 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 Yeah.
ਕਹਿੰਦੇ ਬੰਦਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਪਾਣੀ ਘੜੇ ਤੋਂ ਬਿਨਾਂ ਰਹਿ ਨਹੀਂ ਸਕਦਾ ਇਸੀ ਤਰ੍ਹਾਂ ਮਨ ਗਿਆਨ ਤੋਂ ਬਿਨਾਂ ਨਹੀਂ ਕਾਬੂ ਆਉਂਦਾ ਉਹ ਗਿਆਨ ਗੁਰੂ ਤੋਂ ਬਿਨਾਂ ਨਹੀਂ ਹੁੰਦਾ ਹੈ ਇਹ ਜੇ ਬਚਨ ਅੱਛੀ ਤਰ੍ਹਾਂ ਸਮਝ ਆਉਂਦੇ ਜਾਂਦੇ ਨੇ ਬਾਬਾ ਜੀ ਦੇ ਇਸੀ ਤਰ੍ਹਾਂ ਹੈਰਾਨ ਹੋ ਰਹੇ ਹਨ ਮੇਰੇ ਖਿਆਲਾਂ ਦੀ ਪੁਸ਼ਟੀ ਹੋ ਰਹੀ ਹੈ ਹੌਲੀ ਹੌਲੀ ਅੱਗੇ ਜਾ ਕੇ ਇੱਕ ਹੋਰ ਬਚਨ ਆਉਂਦਾ ਜਿਸ ਦੇ ਵਿੱਚ ਅਤਿਅੰਤ ਗੁਰੂ ਦੀ ਮਿਹਰ ਜਿਸ 'ਤੇ ਹੋ ਗਈ ਉਹਦੀਆਂ ਸਾਰੀਆਂ ਬੁਰਾਈਆਂ ਖਤਮ ਹੋ ਜਾਂਦੀਆਂ ਹਨ ਵਿੱਚ ਮਾਰ ਕੱਢੀਆਂ ਬੁਰੀਆਂ ਗੁਰਾਂ ਨੇ ਸਿਰ ਤੇ ਹੱਥ ਰੱਖਿਆ ਮਾਰ ਕੱਢੀਆਂ ਬੁਰੀਆਂ ਗੁਰਾਂ ਨੇ ਸਿਰ ਤੇ ਹੱਥ ਖਰਸਾਲਾ ਹੀ ਹੈ ਜਿਸ ਵਿੱਚ ਵੱਡੀਆਂ ਵੱਡੀਆਂ ਆਈਆਂ ਸ਼ੋ ਮੇਲੇ ਤੇ ਨਦਰੀਆਂ ਆਈਆਂ ਜਾਂ ਤਿਸ ਪਾਣਾ ਤਾਂ ਮਨ ਵਸਾਈਆਂ ਘਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰੀਆਂ ਆਈਆਂ ਸ਼ੋ ਤੁੱਠੇ ਨੌ ਨੇ ਪਾਈਆਂ ਬੁਰਿਆਈਆਂ ਇਨਸਾਨ ਨੂੰ ਬਹੁਤ ਖੁਆਰ ਕਰਦੀਆਂ ਇਨਸਾਨ ਦੀ ਦੁਰਦਿਸ਼ਾ ਕਰਾਉਂਦੀਆਂ ਇੱਥੇ ਉੱਥੇ ਦੋਨੀ ਥਾਈ ਜੂਆ ਖੇਡਿਆ ਰਾਜੇ ਨਲ ਨੇ ਕੀ ਦੁਰਦਿਸ਼ਾ ਹੋਈ ਕਿਵੇਂ ਦਰਬਦਰ ਰੁਲਦਾ ਫਿਰਦਾ ਰਾਜ ਪਾਗ ਛੱਡ ਕੇ ਜੂਆ ਖੇਡਿਆ ਯੁਧਿਸ਼ਟਰ ਨੇ ਕੀ ਹਾਲਤ ਹੋਈ ਸਭ ਦੁਨੀਆਂ ਜਾਣਦੀ ਹੈ ਇਹਨੇ ਬੁਰਾਈਆਂ ਇੱਕ ਇੱਕ ਬੁਰਾਈ ਦਾ ਮੈਂ ਮੁਖਸਰ ਤੌਰ 'ਤੇ ਅਰਜ਼ ਕਰਦਾ ਫਿਰ ਸ਼ਰਾਬ ਪੀਤੀ 55 ਕਰੋੜ ਜਾਦੋ ਲੜਕੇ ਮਰ ਗਿਆ ਉਸ ਵਿੱਚ ਕੀ ਹਾਲਤ ਹੋਈ ਇਸੇ ਤਰ੍ਹਾਂ ਸੀਤਾ ਨੂੰ ਚਰਾ ਰਾਵਣ ਨੇ ਕੀ ਹਾਲਤ ਹੋਈ 1 ਲੱਖ ਪੂਤ 1.25 ਲੱਖ ਨਾਤੀ ਤੈਂ ਰਾਵਣ ਘਰ ਦੀਆ ਨਾ ਮਾਤ ਸੋ ਕੱਲੀ ਕੱਲੀ ਗੱਲ ਜੇ ਸਾਰੀਆਂ ਜਿਸ ਇਨਸਾਨ ਵਿੱਚ ਹੋਣ ਉਹਦੀ ਜ਼ਿੰਦਗੀ ਨਰਕ ਤੋਂ ਘੱਟ ਨਹੀਂ ਹੋਇਆ ਕਰਦੀ ਅੱਗੇ ਤਾਂ ਜੋ ਕੁਛ ਉਹ ਵੀ ਹੋਣਾ ਹੈ ਅੱਗੇ ਵੀ ਫਲ ਮਿਲਦਾ ਹੈ ਦੋਈ ਥਾਨੀ ਸੋ ਇੱਥੇ ਜਿਸ ਦੇ ਵਿੱਚ ਤਕਰੀਬਨ ਇਹੋ ਜਿਹੇ ਸਾਰੀਆਂ ਬੁਰਾਈਆਂ ਹੋਣ ਸੋ ਸਾਧ ਸਿੰਘ ਉਹਦੀ ਜ਼ਿੰਦਗੀ ਸੁਖਦਾਈ ਕੈਸੇ ਹੋ ਸਕਦੀ ਹੈ ਜਦੋਂ ਇਕੱਲਾ ਇਕੱਲਾ ਨੁਕਸ ਇਕੱਲੀ ਇਕੱਲੀ ਬੁਰਾਈ ਨੇ ਕਿੰਨੀ ਕਿੰਨੀ ਇਨਸਾਨ ਦੀ ਬੁਰੀ ਹਾਲਤ ਕੀਤੀ ਹੈ ਤਾਂ ਤੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਖਾਸ ਕਿਰਪਾ ਹੋ ਗਈ ਕਿਸੇ 'ਤੇ ਸਿਰ 'ਤੇ ਹੱਥ ਯਾਨੀ ਕਿਰਪਾ ਦ੍ਰਿਸ਼ਟੀ ਕਰਕੇ ਸਾਰੀਆਂ ਬੁਰਾਈਆਂ ਅੰਦਰੋਂ ਦੂਰ ਕਰ ਦਿੱਤੀਆਂ ਮਨ ਦੇ ਵਿੱਚ ਬੁਰਾਈ ਫੁਰੇ ਹੀ ਨਾ ਗੁਰੂ ਦੀ ਕਿਰਪਾ ਹੋ ਜਾਵੇ ਤਾਂ ਮਨ 'ਚ ਹੀ ਨਾ ਬੁਰਾਈ ਫੁਰੇਗੀ ਸਰੀਰ ਕੈਸੇ ਕਰਕੇ ਕੈਸੇ ਬੁਰਾਈ ਹੋਵੇਗੀ ਤਾਂ ਤੇ ਕਿਤਨੀ ਬੜੀ ਕਿਰਪਾ ਹੈ ਸੋ ਇਤਿਹਾਸ ਇਹ ਗੱਲਾਂ ਅੱਛੀ ਤਰ੍ਹਾਂ ਸਮਝ ਆਉਂਦੀਆਂ ਜਾਂਦੀਆਂ ਹੈ ਬਾਬਾ ਅਮਰਦਾਸ ਦੇ ਹੈਰਾਨੀ ਦੀ ਵੀ ਹੱਦ ਨਾ ਰਹੀ ਹੌਲੀ ਹੌਲੀ ਪਾਠ ਹੋ ਰਿਹਾ ਹੈ ਜੇਠਾੜ ਦੀਆਂ ਰਾਤਾਂ ਛੋਟੀਆਂ ਦਿਨ ਵੱਡੇ ਹੁੰਦੇ ਹਨ ਸੋ ਚਾਹੇ ਫਟਾਲਾ ਹੋ ਗਿਆ ਚੜ੍ਹਦੀ ਵੱਲੋਂ ਇੱਕ ਚਿੜੀ ਚੌਕਣੀ ਸ਼ੁਰੂ ਹੁੰਦੀ ਚਿੜੀ ਚੌਕੀ ਭਾ ਫੁੱਟੀ ਵਗਣ ਬਹੁਤ ਤਰੰਗ ਤੇ ਚੜ੍ਹਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ ਉਹਦੀ ਆਵਾਜ਼ ਆਉਣ ਲੱਗ ਪਈ ਉਹਦੀ ਆਵਾਜ਼ ਬਾਣੀ ਦੇ ਆਨੰਦ ਨੂੰ ਦੂਰ ਕਰਨ ਲੱਗ ਪਈ ਹੌਲੀ ਹੌਲੀ ਪੌੜੀ ਥਾਈ ਨੀਚੇ ਉਤਰ ਕੇ ਭੋਲੇ ਖੜ ਕੇ ਸੁਣਨ ਲੱਗ ਪਏ ਖੈਰ ਸਾਹਮਣੇ ਕਿਉਂ ਨਾ ਹੋਏ ਬੀਬੀ ਪਰਦਾ ਕਰੇਗੀ ਸ਼ਾਇਦ ਜੋ ਕੁਛ ਪੜ੍ਹ ਰਹੀ ਹੈ ਇਹ ਅੰਮ੍ਰਿਤ ਮੇਰੇ ਮੈਨੂੰ ਨਾ ਪ੍ਰਾਪਤ ਹੋਏ ਜੇ ਚੁੱਪ ਹੋ ਗਈ ਤਾਂ ਇਸ ਵਾਸਤੇ ਉਹਲੇ ਖੜ ਕੇ ਸੁਣਦੇ ਰਹੇ ਇਤਨੇ ਨੂੰ ਦਿਨ ਚੜ ਗਿਆ ਮੂੰਹ ਨੂੰ ਮੂੰਹ ਦਿਸਣ ਲੱਗੇ ਦੁੱਧ ਵੀ ਰਿੜਕਿਆ ਗਿਆ ਅਸਾਈ ਦੀਵਾਰ ਦਾ ਪਾਠ ਵੀ ਪੂਰਾ ਹੋ ਗਿਆ ਸਾਹਮਣੇ ਹੋਏ ਪੁੱਛਣ ਲੱਗੇ ਬੇਟਾ
اس بزرگ دا کلام تو سویر تو پڑھ دیئے تو دریٹ نو شروع کیتا سی ادھوں تو پڑھ دیئے بی بی نے کچھ سنکوچ کے کہا پتا جی اے گرو نانک سچے پاتشاہ دی بانی ہے بیٹا گرو نانک کتھے گرو نانک ستاں دی پنواں کھنڈاں دے وچ گرسکھی بھگتی ماردڑ کروا کے آپ انتر تیان ہو گئے اپنی جوت گرو انگد وچ رکھی اج دوسرا گرو کھڈور جوت جگاؤندا ہے جدو این گل سنی حیرانی دی حد نہ رہی شکر کیتا بھی شاید مینو اج بھی 22 سال جڑی یاترا کیتی گنگا جی دی او دا پھل مینو اج ملیا ہے کیونکہ بےنت پن کرم دا پھل گرو دا ملاپ ہویا اگر ایمی ہوندا نہیں سو شکر کیتا کہ بیٹا مینو ایک ایک دن 100 100 ورے ورگا گزردا ہے مینو گرو چرنی سٹ جنی دیر تک میں گرو چرنی نہیں لگدا میرا جیون باد ہے بیارت ہے سو بی بی نے کہا پتا جی کھما کرنا مینو میرے گرو پتا دا حکم ہے میں اپنے گرو انگد دیو گرو پتا نو نرا پورا دنیا بھی پتا نہیں سمجھدی میں انہاں نو گرو پرمیشر بھی سمجھدی ہاں گرو دا حکم سکھ دے واسطے خدائی حکم ہوندا ربی حکم ہویا کردا مینو میرے گرو پتا دا حکم ہے بیٹا جنی دیر تک تینو نہ بلایا جاوے اپنے آپ نہیں تے آنا ہوئے گا سو اس کر کے کھما کرنا میں کھڈور نہیں جا سکتی بابا مداح جی نے کہا بیٹا ٹھیک ہے پر مینو بھی ایک ایک دن 100 100 ورے پر گزرتا ہے گرو ملاپ دے واسطے اج میرے پاک کو جاگے مینو پتا لگ گیا گرو کا اس گل کی کھما میں منگ دیا گا اس کی معافی میں منگ دیا گا پر مینو گرو چرنی سٹ بار بار کہن تے بی امرو بابا امرداس جی اج کھڈور صاحب لے کے چلے جانے گرو چرن پراپت ہوئی سات سنگت ارض کرنا مطلب ہوں چونکہ سماں نہیں نہ اجازت دینا اس کر کے اج دا دن جڑا ہے راڑے صاحب یعنی گرودوارا کرم صاحب اتنے بھی دیوان ہے شنگران جدو ہوں ہے یہ شنگران دا دیوان کہلاؤں ہوں ایک دن پہلا انہیں رات نو ہویا کرتا جی میں آ دیوان ہے شام نو 7 بجے تو رات 11 12 بجے تک ہوں سو سویرے آ سنیوار ہوں اسی طرح پورنماشی کا 14 نو شام نو ہوں پورنماشی سویرے آ سنیوار ایک 10ویں دا دیوان ہوں پورا جڑا استھان ہے 90 پٹے درمیان سنتراشن دبلان اتنے ہوا کر خیر یوں اج 5 7 منٹ اس کر کے تھوڑے زیادہ لگائے ہیں زیادہ نہیں بہت تھوڑے جی اتنے والا صاحب دیکھتے تو 12 بجنے چاہیے خیر یوں گرو شرن آ کے سیوا اور یہ دو گلان گرو بابا جی نے سانو دسیاں سیوا تپسیا کی تھان شمرن پرانایام کی تھان سو یہاں دوارا ہی جیو کی کلیان ہے ہوں یہ پرسنگ اتنے چڑھتے ہیں کل اتنا پھر شروع کیا جائے گا